ਇਹ ਬਾਈ ਜੀ ਸੁਪਰ ਸੀਡਰ ਹੈਗਾ ਆਪਣੇ ਕੋਲੇ 8 ਫੁੱਟ ਆ ਤੇ ਇਹਦੀ ਯਾਰ ਮੰਨ ਲਾ ਜਿਹੜਾ ਆਪਣਾ ਟਰੈਕਟਰ ਇਹਦੀ ਮੋਡੀਫਿਕੇਸ਼ਨ ਵੀ ਕਰੀ ਹੋਈ ਆ ਲੈ ਦੋਸਤੋ ਸਫਾਈ ਚੈੱਕ ਕਰੋ ਪਹਿਲੇ ਚ ਦੂਜਾ ਲਾਈ ਸਫਾਈ ਪੂਰੀ ਦੇ ਜਾਂਦਾ ਬਾਈ ਦੂਜਾ ਹੈਗਾ ਗੇਅਰ ਆ ਦੂਜਾ ਹਾਂਜੀ ਹੁਣ ਥੋੜੇ ਆਪਾਂ ਵੱਡੇ ਕਰਚਾ ਚਲਾਇਆ ਹਾਂਜੀ ਸਵਾਗਤ ਆ ਦੋਸਤੋ ਇੱਕ ਹੋਰ ਨਵੀਂ ਵੀਡੀਓ ਚ ਅੱਜ ਤੁਹਾਨੂੰ ਆਪਾਂ ਆਪਣੇ 3630 ਤੇ ਸੁਪਰ ਸੀਡਰ ਚੱਲਦਾ ਦਿਖਾਵਾਂਗੇ ਵੀ ਕਿੰਨੀ ਕੁ ਸਫਾਈ ਆਉਂਦੀ ਆ ਕਿਹੜੇ ਗੇਅਰ 'ਚ ਚੱਲਦਾ ਕਿੰਨੇ ਚੱਕਰ ਤੋੜਦਾ ਅਤੇ ਕਿੰਨਾ ਕੁ ਤੇਲ ਖਾਂਦਾ ਠੀਕ ਹੈ ਅਤੇ ਕਿਹੜੀਆਂ ਆਪਾਂ ਸੁਪਰ ਸੀਡਰ 'ਚ ਕਰਾਰੀਆਂ ਪਾਈਆਂ ਹੋਈਆਂ ਨੇ ਤੁਹਾਨੂੰ ਸਾਰੀ ਅੱਜ ਜਾਣਕਾਰੀ ਦੇਵਾਂਗੇ ਇਹ ਵੀਡੀਓ 'ਚ ਬਹੁਤ ਵੀਰਾਂ ਦੇ ਮੈਸੇਜ ਆ ਰਹੇ ਨੇ ਵੀ ਯਾਰ ਸੁਪਰ ਸੀਡਰ 'ਤੇ ਕੋਈ ਵੀਡੀਓ ਬਣਾਓ ਹੈ ਨਾ ਪਿਛਲੇ ਸਾਲ ਤਾਂ ਆਪਾਂ ਬਹੁਤ ਵੀਡੀਓ ਬਣਾਈਆਂ ਸੀ ਅਤੇ ਐਤਕੀ ਆ ਪਹਿਲੀ ਬਣਾ ਰਹੇ ਹਾਂ ਕਿਉਂਕਿ ਹੁਣ ਆਪਾਂ ਥੋੜ੍ਹਾ ਜਿਹਾ ਇੰਟਰਟੇਨਮੈਂਟ ਵਾਲੀਆਂ ਵੀਡੀਓ ਜ਼ਿਆਦਾ ਬਣਾ ਰਹੇ ਹਾਂਗੇ ਅਤੇ ਦੀਵਾਲੀ ਕਰਕੇ ਉਹ ਵੀ ਇੱਕ ਦੋ ਚਾਰ ਦਿਨਾਂ ਤੱਕ ਆਉਣਗੀਆਂ ਵੀਡੀਓ ਹਲੇ ਥੋੜ੍ਹਾ ਲੇਟ ਹੋ ਗਏ ਅਤੇ ਤੁਹਾਨੂੰ ਹੁਣ ਚੱਲਦਾ ਦਿਖਾਉਂਦੇ ਹਾਂ ਸੁਪਰ ਸੀਡਰ ਵੀ ਕਿਹੜੇ ਗੇਅਰ 'ਚ ਚੱਲਦਾ ਹਾਂਜੀ ਇਹ ਹੈਗੇ ਆਪਣੇ ਖਰਚੇ 26 ਦੇ ਕੋਈ ਆਪਾਂ ਐਵੇਂ ਨਹੀਂ ਕਹਿ ਸਕਦੇ ਵੀ ਬਾਹਲੇ ਜ਼ਿਆਦਾ ਖਰਚੇ ਆ ਵਧੀਆ ਬੱਤ ਜੇ ਖਰਚੇ ਯਾਰ ਜਿਵੇਂ 26 ਦੇ ਹੁੰਦੇ ਆ ਹੈ ਨਾ ਅਤੇ ਕੋਈ ਇਹਦਾ ਪਰਾਲ ਨਹੀਂ ਮਚਾਇਆ ਉੱਤੇ ਵਾਲਾ ਪਰਾਲ ਉੱਤੇ ਪਿਆ ਹੈਗਾ ਅਤੇ ਥੋੜ੍ਹਾ ਜਿਹਾ ਤੰਗਲੀ ਨਾਲ ਖੰਡਿਆਇਆ ਹੋਇਆ ਅਤੇ ਪੂਰੀ ਫੁੱਲ ਗਿੱਲਾ ਵਾਹਣ 'ਚ ਪੂਰਾ ਗਿੱਲਾ ਜਮਾਂ ਗੁੜ ਵਰਗਾ ਵਾਹਣ ਆ ਦੇ ਤੁਹਾਨੂੰ ਦਿਖਾ ਦਈਏ ਹੁਣ ਤੁਹਾਨੂੰ ਇਹ 'ਚ ਚਲਾ ਕੇ ਦਿਖਾਵਾਂਗੇ ਵੀ ਕਿਵੇਂ ਦਾ ਚੱਲਦਾ ਚੱਲ ਬਾਈ ਤੁਰ ਪਹਿਲਾਂ ਤਾਂ ਲਾਈ ਪਹਿਲਾ ਗੇਅਰ ਚੰਗਾ ਪਹਿਲਾ ਗੇਅਰ ਲਾਈ 2000 ਚੱਕਰ ਰੱਖੀ ਇਹ ਬਾਈ ਜੀ ਸੁਪਰ ਸੀਡਰ ਹੈਗਾ ਆਪਣੇ ਕੋਲੇ 8 ਫੁੱਟ ਆ 13 ਟੈਨ ਵਾਲਾ ਇਹ ਤੁਹਾਨੂੰ ਸਾਰਾ ਦਿਖਾਉਣੇ ਆ 2000 ਚੱਕਰ 'ਤੇ ਆਪਾਂ ਪਹਿਲੇ ਲੋਅ 'ਚ ਚਲਾਵਾਂਗੇ ਟਰੈਕਟਰ ਨੂੰ ਅਤੇ ਇਹਦੀ ਯਾਰ ਮੰਨ ਲਾ ਜਿਹੜਾ ਆਪਣਾ ਟਰੈਕਟਰ ਇਹਦੀ ਮੋਡੀਫਿਕੇਸ਼ਨ ਵੀ ਕਰੀ ਹੋਈ ਆ ਪਿਛਲੇ ਸਾਲ ਥੋੜ੍ਹਾ ਜਿਹਾ ਦੱਬਦਾ ਸੀਗਾ ਟਰੈਕਟਰ ਐਤਕੀ ਦੀ ਮੋਡੀਫਿਕੇਸ਼ਨ ਕਰੀ ਹੋਈ ਆ 2000 ਚੱਕਰ ਆ ਲੈ ਦੋਸਤੋ ਸਫਾਈ ਚੈੱਕ ਕਰੋ ਆਪਾਂ ਯਾਰ ਵੇਲਣ ਜ਼ਿਆਦਾ ਜਮੀ ਨਹੀਂ ਲਾਇਆ ਕਿਉਂਕਿ ਵੇਲਣ ਨਾ ਬਾਈ ਵਾਹਣ ਬਾਹਲਾ ਗਿੱਲਾ ਇਹਨੂੰ ਪ੍ਰੈੱਸ ਕਰਦਾ ਤਾਂ ਕਣਕ ਨਿਕਲਣ 'ਚ ਬਹੁਤ ਦਿੱਕਤ ਆਉਂਦੀ ਆ ਮੈਂ ਇਹ ਵੀਡੀਓ ਰਾਹੀਂ ਇਹ ਵੀ ਜਾਣਕਾਰੀ ਦਿੰਦਾ ਵੀ ਯਾਰ ਜਿਹੜੇ ਆਪਣਾ ਵਾਹਣ ਜ਼ਿਆਦਾ ਗਿੱਲਾ ਹੁੰਦਾ ਉਹ 'ਤੇ ਆ ਵੇਲਰ ਬਾਈ ਨਾ ਲਾਇਆ ਕਰੋ ਜਿਵੇਂ ਹੁਣ ਆਹ ਕਣਕ ਹੈ ਇਹ ਸਾਰੀ ਚੌਥੇ ਪੰਜਵੇਂ ਦਿਨ ਬਾਹਰ ਆ ਜੂਗੀ ਜੇ ਤਾਂ ਵੇਲਣ ਲਾਦਾ ਤਾਂ ਪਲਸਤਰ ਹੋ ਜਾਂਦੀ ਹੈ ਜਮਾਂ ਪਹਿਲੇ ਚ ਪਹਿਲੇ ਚ ਦੂਜਾ ਲਾਈ ਦੂਜਾ ਗੇਅਰ 'ਚ ਦਿਖਾਉਣੇ ਆਉਣਾ ਹੁਣ ਦੂਜਾ ਲਾਦਾ ਜੀ ਹੋਰਾ ਵੀ ਟਰੈਕਟਰ ਤਾਂ ਬਹੁਤ ਸੋਹਣਾ ਦੂਜੇ ਗੇਅਰ 'ਚ ਸਫਾਈ ਵੀ ਪੂਰੀ ਦੇਈ ਜਾਂਦਾ ਦੇਖੋ ਸਫਾਈ ਬਾਈ ਚੈੱਕ ਕਰੋ ਸਫਾਈ ਪੂਰੀ ਦੇਈ ਜਾਂਦਾ ਬਾਈ ਦੂਜਾ ਹੈਗਾ ਗੇਅਰ ਹੈ ਦੂਜਾ ਆਹ ਦੇਖੋ ਵਧੀਆ ਯਾਰ ਪੂਰੀ ਜ਼ਿਆਦੇ ਮੈਂ ਕਹਿਣਾ ਜੇ ਦੂਜੇ ਜਿੰਦਰੇ ਨਾਲ ਵੱਟ ਪਾਉਣੀ ਹੋਵੇ ਬਿਨਾਂ ਤਵੀਆਂ ਵਾਲੇ ਤੋਂ ਉਹ ਤੋਂ ਵੀ ਵੱਟ ਪੈ ਜੇ ਪੂਰਾ ਘੈਂਟ ਬਣਾਇਆ ਪਿਆ ਦੋ ਯਾਰ ਚੱਕਰ ਮੈਨੂੰ ਲੱਗਦਾ ਯਾਰ 200-250 ਜਿਵੇਂ ਕਿ 36 ਦੀ ਆਮ ਡਰੋਪ ਕਰ ਦਿੰਦਾ ਉਨੇ ਕੀ ਕਰਦਾ ਹੋਰ ਬਾਹਲੇ ਚੱਕਰ ਨਹੀਂ ਤੋੜਦਾ ਯਾਰ ਸੁਪਰ ਸੀਡਰ ਬਾਈ ਪੂਰੀ ਫੁੱਲ ਕਾਮਯਾਬ ਆ ਵਿੱਚ ਕਈ ਵੀਡੀਓ ਵੀਰਾਂ ਨੇ ਮੈਂ ਵੀਡੀਓ ਦੇਖਿਆ ਕਿ ਯਾਰ ਫੇਲ ਆ ਫੇਲ ਬਾਈ ਜਮਾਂ ਨਹੀਂ ਹੈਗਾ ਇਹਦੇ ਨਾਲ ਜਿਹੜੀ ਆ ਕਹਿ ਦਿੰਦੇ ਵੀ ਯਾਰ ਕਣਕ ਨਹੀਂ ਹਰੀ ਹੁੰਦੀ ਸੁਪਰ ਸੀਡਰ ਦੀ ਬੀਜੀ ਬਾਈ ਉਹਦਾ ਕਾਰਨ ਅੱਜ ਦੱਸ ਦਿੰਦੇ ਹਾਂ ਵੀ ਜਿਵੇਂ ਹੁਣ ਆਹ ਵਾਹਣ ਜਮਾਂ ਯਾਰ ਗਿੱਲਾ ਆਹ ਦੇਖੋ ਜਮਾਂ ਗੁੜ ਵਰਗਾ ਵਾਹਣ ਆਹ ਦੇਖੋ ਜੇ ਹੁਣ ਇਹਦੇ ਬਾਈ ਆਪਾਂ ਰੋਲਾ ਲਾ ਤਾ ਇਹ ਕਣਕ ਨਹੀਂ ਹਰੀ ਹੁੰਦੀ ਇਹਦੇ ਕਿੰਨੇ ਜ਼ੋਰ ਲਾ ਲਿਆ ਕਿਉਂਕਿ ਕਣਕ ਪਿੱਛੇ ਮੁੜੀ ਜਾਊਗੀ ਹੁਣ ਇਹਦੇ ਜਮਾਂ ਤਾਹਾਂ ਚੱਕਿਆ ਰੋਲਾ ਦੇਖੋ ਜਮਾਂ ਨਾਲ ਵੀ ਨਹੀਂ ਖਹਿ ਰਿਹਾ ਉਹ ਵੀ ਘੁੰਮੀ ਜਾਂਦਾ ਮਮੂਲੀ ਆ ਅਤੇ ਇਹ 'ਚ ਇਹ ਕਣਕ ਪੂਰੀ ਚੌਥੇ ਪੰਜਵੇਂ ਦਿਨ ਹਰੀ ਹੋ ਜੂਗੀ ਵਧੀਆ ਇਹ ਕਾਰਨ ਆ ਜਿਹੜੇ ਵੀਰ ਕਹਿੰਦੇ ਆ ਬਾਈ ਯਾਰ ਸੁਪਰ ਸੀਡਰ ਦੀ ਕਣਕ ਬੀਜੀ ਫੇਲ ਹੈਗੀ ਹੁੰਦੀ ਨਹੀਂ ਬਾਈ ਪੂਰੀ ਵਧੀਆ ਹੁੰਦੀ ਆ ਅਸੀਂ ਮੰਨ ਲਾ ਆਈ ਵਾਰੀ 0 ਡਰਿੱਲ ਨਾਲ ਬੀਜਦੇ ਰਹੇ ਹਾਂ ਯਾਰ ਕਣਕ ਅਤੇ ਪਿਛਲੀ ਵਾਰੀ ਸੁਪਰ ਸੀਡਰ ਨਾਲ ਬੀਜੀ ਸੀ ਕਣਕ ਸਾਰੀ ਅਤੇ ਝਾੜ ਵੀ ਬਾਈ ਵਧੀਆ ਆਇਆ ਕੋਈ ਸੁੰਟ ਸੰਟ ਕੁਛ ਨਹੀਂ ਪਿਆ ਬਾਕੀ ਉਹਨੂੰ ਟਰੈਕਟਰ ਵੀ ਹੁਣ ਚੱਲਦਾ ਦਿਖਾਉਣੇ ਮੂਹਰੋਂ ਵੀ ਕਿੰਨਾ ਕੁ ਲੋਡ ਲੈ ਰਿਹਾ ਟਰੈਕਟਰ ਦੀ ਆਵਾਜ਼ ਦੇਖੋ ਬਾਈ ਕੋਈ ਬਾਹਲਾ ਫਰਕ ਨਹੀਂ ਪੈ ਰਿਹਾ ਸਹੀ ਚੱਲਦਾ ਯਾਰ ਹੁਣ ਤੁਹਾਨੂੰ ਚੱਕਰ ਦਿਖਾਉਣਾ ਕਿੰਨੇ ਕੁ ਤੋੜੇ ਆ
200 चक्कर तोड़िया यार भाई। क्यों भाई कैसे चलता है? ये भाई दे बीज रहे आपा खेत वधिया होना सवाद जा देख के पूरा वधिया भाई जमा वधिया बन गया कुछ नहीं मचाया कुछ नहीं करा कोई अग नहीं भाई कुछ नहीं पूरा घेंट बन दा देखो चेक करो यार भाई एक ये गल है भी यार चलो अग बिना सरदा तो है नहीं है ना गल कर यार हैगी तो माड़ी है जिम्मे हम कल मीह पै गया सी मौसम देख पूरा घेंट हो गया तो पूरा फुल गिला बहन आप उस जी चलाता है अज किराए के बीच नहीं कणक के बाकी यार जेड़ा है मन ला हूँ आप दसता ट्रैक्टर की मॉडिफिकेशन करी हुई है पंप की केम की इंटर उंटर कूलर लगे ट्रैक्टर खर बहुत सोहना चलता वो तीजा लाई तीजा तीजे जी यार चल ट्रैक्टर तो चली जाता गल कर सफाई नहीं दिता सफाई बहुत घटा गया तीजे च आ देखो उत्थे दूजा गा इत्थे तीजा ट्रैक्टर नू मान ला कोई चक्कर नहीं ट्रैक्टर चली जाता क्योंकि मोडिफिकेशन हो ही हुई है ना। हाँ बाकी यार ट्रैक्टर वधिया चलता जिवें यार आपां कह दईए जॉन डीयर वधिया खिंच लैंदा 36 ना जिहड़ा मतलब सिंपल है मोडिफिकेशन नहीं हुई थोड़ा जिहा दबदे आ ट्रैक्टर यार इन्हां दे ते मोडिफिकेशन तो बाद सही चलता है। जे हुण आपां गरारी की गल करिए भाई जिहड़ा इहदा अपना सुपर हीटर च गरारी है ये 1816 की है ये चक्कर फुल ने मान ला भी घट नहीं करे हुए पहला घट करे हुए जो ट्रैक्टर की मोडिफिकेशन कराई नहीं आप क्योंकि उदो यार ट्रैक्टर दबदा सीगा हुण मान लो ट्रैक्टर दबदा नहीं हुण इस करके मान लो ये चक्कर फुल ने रोटावेटर के पूरा गुणदा जाता बाहर आटे में बाकी यार ट्रैक्टर तुर भी बहुत रहा मान ला भी यह जी गल नहीं जो हम आप कई बार ना वीर के मनु मैसेज आते भी भाई यार साढ़े को 36 है ट्रैक्टर दाब रहा है ये भाई जो आप गेर टीपा खोल के इधरली गरारी इधर कर दो इधरली इधर कर दो ट्रैक्टर का दाबनों हट जाता फिर आए यार थोड़ी जी सफाई की दिक्कत देने लग गया सफाई ट्रैक्टर घट देने लग गया जिम्मे हूँ यह सही हों सही थोड़ा ट्रैक्टर छोटे गेर च तुरपू गल कर सफाई पूरी दिता बस यही चक्कर है और कोई चक्कर नहीं गा मान लो बाकी यार ट्रैक्टर की जिम्मे हूँ माड़ा मोटा तेल बधा ले है ना थोड़ी सैटिंग आप कर ले कोई चक्कर नहीं हों आप कंपनी वालू मान ला कोई लिख के दिता भी आप छेड़ने नहीं कुछ बिच बथेरे भीर कहते भाई रेही ना भाई रेही कुछ नहीं हों थोड़ा नट खोल लो यार तेल बधा लो जो दबदा ना क्या आप हम वह कम तो वधिया ही करना गा ना आप कला रेही तो भी की लेना गा। हाँ जी हूँ थोड़े जे आप बड़े खर्चे चलाया भी पूरी वधिया सफाई दिता दूजे जी चल रहा है पूरा देखो यार ट्रैक्टर का मान ला जिहड़ा ये गेयर चल रहा है इतने पूरा काम नमेड़ता वधिया ट्रैक्टर फुल देखो 45 मिंटा च किला 40-45 मिंटा च किला कढ़ी जांदा देखो पूरा चेक करो ट्रैक्टर का पूरे वधिया खर्चे आ जिवें 36 दे हुंदे आ सफाई भी वधिया यार चेक करो सफाई ਬੰਦਾ ਪੂਰੀ ਵਧੀਆ ਮਿੱਟੀ ਥੋੜ੍ਹਾ ਜਿਹਾ ਆਇਆ ਨਾ ਵੀ ਇਹ ਬਾਣ ਵੀ ਥੋੜ੍ਹਾ ਜ਼ਿਆਦਾ ਗਿੱਲਾ ਜੇ ਥੋੜ੍ਹਾ ਜਿਹਾ ਇਦੋਂ ਸੁੱਕਾ ਹੁੰਦਾ ਫਿਰ ਇਦੋਂ ਹੀ ਵੱਧ ਸਫਾਈ ਆਉਂਦੀ ਮੰਨ ਲਾ ਹੁਣ ਥੋੜ੍ਹੇ ਗੱਤਲੇ ਜਿਹੇ ਬਣ ਜਾਂਦੇ ਨੇ ਆਹ ਦੇਖੋ ਵਧੀਆ ਯਾਰ ਕੁੱਲ ਮਿਲਾ ਕੇ ਮੰਨ ਲਾ ਯਾਰ ਵੀ ਹੱਲ ਤਾਂ ਹੈਗਾ ਗਾ ਸੁਪਰ ਹੀਟਰ ਤਾਂ ਇਹਦਾ ਵਧੀਆ ਚੀਜ਼ ਆ ਆਹ ਦੇਖੋ ਪੂਰੀ ਵਧੀਆ 26 ਦੀ ਪਰਾਲੀ ਆ तेल यार मैं एक दिन कढ़ी से एवरेज 625 रुपया का तेल खाता भाई किले च जे यार मान ला भी दूजे गेयर च तुरता ट्रैक्टर जिवें हुण जे हुण पहले च तुरता पहले च फिर टाइम के हिसाब से वध भी खाजू पहले च 8-14 खाजू तेल दूजे च 45 मिंटा च भाई किला बीज दिंदा गा तो 625 रुपया का तेल खाता एवरेज पाँगा किले की
ਫੇਲ ਜਾਇਆ ਜਾ ਅਤੇ ਆਪਣਾ ਜਿਹੜਾ 60-55 ਤੁਹਾਨੂੰ ਉਹ ਵੀ 100 ਪਰ ਲੀਟਰ 'ਤੇ ਚੱਲਦਾ ਦਿਖਾਵਾਂਗੇ। ਉਹਦੀ ਯਾਰ ਉਹ ਐਵਰੇਜ ਬਹੁਤ ਆ, ਇਹਦੇ ਨਾਲ ਤਾਂ ਬਹੁਤ ਤੇਲ ਘੱਟ ਖਾਂਦਾ। ਉਹ ਇੱਕ ਦਿਨ ਮਿਣਿਆ ਸੀ ਤੇਲ, ਮੈਂ ਉਹਨੇ 400 ਰੁਪਏ ਦਾ ਤੇਲ ਖਾਧਾ ਬਾਈ ਕਿੱਲੇ ਦਾ, 36 ਦੀ ਨੇ ਖਾਧਾ 625 ਰੁਪਈਆਂ ਦਾ ਅਤੇ ਉਹਨੇ ਖਾਧਾ 400 ਰੁਪਏ ਦਾ ਤੇਲ। ਆਹ ਬੰਦ ਤਾਂ ਨਹੀਂ ਹੋਇਆ, ਹਲਿਆਲਾ ਹੀ ਵਧੀਆ ਯਾਰ ਚੀਜ਼ ਆ ਸਫਾਈ। ਬਾਕੀ ਕਮੈਂਟਾਂ 'ਚ ਦੱਸਿਓ ਬਾਈ ਕਿਵੇਂ ਲੱਗੀ ਸਫਾਈ, ਹੈ ਨਾ, ਕਿਵੇਂ ਦਾ ਚੱਲਿਆ। ਅਤੇ ਪੂਰਾ ਘੈਂਟ ਯਾਰ ਐਂ ਮੰਨ ਲਾ ਜਿਵੇਂ ਆਪਾਂ ਵਾਹ ਕੇ ਬੀਜਾਂ ਦਾ ਹੀ ਆਉਂਦਾ ਬਸ ਬਾਈ ਬਣ ਕੇ। ਮੈਂ ਇਹ ਵੀਡੀਓ ਲਈ ਸੰਦੇਸ਼ ਵੀ ਦੇਣਾ ਚਾਹੁੰਦਾ ਵੀ ਜਿਹੜੇ ਵੀਰਾਂ ਕੋਲ 100 ਸੀਟਰ ਹੈਗਾ ਬਾਈ, ਆਹ ਰੋਲੇ ਦਾ ਯਾਰ ਬਾਹਲਾ ਇਸਤੇਮਾਲ ਨਾ ਕਰਿਆ ਕਰੋ, ਜਿਵੇਂ ਨਾ ਤਾਹਾਂ ਚੱਕਿਆ ਨਾ ਖੁੱਡਾਂ ਨਾ ਦੀਂਦੇ ਜਾਣ ਯਾਰ, ਫਿਰ ਬਹੁਤ ਸੋਹਣੀ ਕਣਕ ਹਰੀ ਹੁੰਦੀ ਆ। ਤੁਹਾਨੂੰ ਗਾਹਾਂ ਵਾਲੀ ਵੀਡੀਓ 60-55 ਨਾ ਬੀਜੋ, ਜੋ ਕਣਕ ਹਰੀ ਹੁੰਦੀ ਵੀ ਇਹੀ ਕਣਕ ਤੁਹਾਨੂੰ ਦਿਖਾਵਾਂਗੇ ਵੀ ਕਿੰਨੀ ਕੁ ਵਧੀਆ ਹਰੀ ਹੋਈ ਆ। ਬਾਕੀ ਜਿਹੜਾ ਬੀਜ ਆ ਯਾਰ, ਵੀ 50 ਕਿਲੋ ਰੱਖੋ ਕਿੱਲੇ ਦਾ, ਸਹੀ ਚੱਲਦਾ ਹੈ ਨਾ, 50 ਕਿਲੋ ਵੀ 50 ਰੇ ਸਹੀ ਚੱਲਦਾ ਪੂਰਾ। ਬਾਕੀ ਕਾਂ ਜਾਂ ਪਸੰਦ ਆ ਬਾਈ, ਜਿਹਨੇ ਮੰਨ ਲਓ ਲੈਣਾ ਲਓ, ਵੇਚ ਕਹੋ ਕਿ ਇਹੋ ਜਿਹੀ ਕੋਈ ਗੱਲ ਨਹੀਂ, ਵਜਾਉਣਾ ਵਜਵਾਓ, ਵਧੀਆ ਚੱਲੂ ਪੂਰਾ। ਧੰਨਵਾਦ ਬਾਈ ਜੀ ਵੀਡੀਓ ਦੇਖਣ ਲਈ, ਲਾਈਕ ਸ਼ੇਅਰ ਅਤੇ ਕਮੈਂਟ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਠੀਕ ਹੈ। ਅਤੇ ਆਪਣੀਆਂ ਜਿਹੜੀਆਂ ਸ਼ਰੀਕ ਸੀਰੀਜ਼ ਚੱਲੀ ਜਾਂਦੀ ਆ ਉਹਦੀ ਵੀਡੀਓ ਵੀ ਆਪਾਂ ਯਾਰ ਦਿਵਾਲੀ ਤੋਂ ਬਾਅਦ ਲੈ ਕੇ ਆਵਾਂਗੇ, ਥੋੜ੍ਹਾ ਜਿਹਾ ਤੁਹਾਨੂੰ ਪਤਾ ਕਣਕ ਕਰਕੇ ਬਿਜ਼ੀ ਚੱਲ ਰਿਹਾ ਸੀ ਜੀ, ਅਤੇ ਉਸ ਤੋਂ ਬਾਅਦ ਲੈ ਕੇ ਆਵਾਂਗੇ ਅਤੇ ਜੁੜੇ ਰਹੋ। ਧੰਨਵਾਦ ਬਾਈ ਜੀ, ਅਗਲੀ ਵੀਡੀਓ ਆਪਾਂ ਇਸੇ 100 ਸੀਟਰ 'ਤੇ 60-55 ਦੀ ਕਰਾਂਗੇ, ਠੀਕ ਹੈ।